ਮੈਂ ਗੁਰਮੀਤ ਸਿੰਘ, ਸਰਪੰਚ ਪਿੰਡ ਬੜਮਾਜਰਾ। ਅੱਜ ਮੇਰੇ ਪਿਤਾ ਸਰਦਾਰ ਕਾਕਾ ਸਿੰਘ, ਜੋ ਕਿ ਪਿਛਲੇ ਦਿਨੀ 22/10/2018 ਨੂੰ ਅਚਾਨਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੀ ਅੱਜ ਅੰਤਿਮ ਅਰਦਾਸ ਹੈਗੀ ਹੈ। ਅਤੇ ਮੈਂ ਧੰਨਵਾਦੀ ਹਾਂ ਆਪਣੇ ਪਿਤਾ ਜੀ ਦਾ, ਜਿਨ੍ਹਾਂ ਨੇ ਸਾਨੂੰ, ਮੈਨੂੰ ਅਤੇ ਮੇਰੇ ਭਰਾ ਅਵਤਾਰ ਸਿੰਘ ਅਤੇ ਮੇਰੇ ਮਾਤਾ ਜੀ ਜਸਵੰਤ ਕੌਰ, ਇਹਨਾਂ ਨੇ ਸਾਨੂੰ ਵਧੀਆ ਪੜ੍ਹਾ ਲਿਖਾ ਕੇ ਸਾਨੂੰ ਆਪਣੇ ਪੈਰਾਂ 'ਤੇ ਖੜ੍ਹਨ ਜੋਗੇ ਕੀਤਾ। ਮੇਰਾ ਬੜਾ ਭਰਾ ਜੋ ਪੜ੍ਹ ਲਿਖ ਕੇ ਚੰਡੀਗੜ੍ਹ ਦੇ ਵਿੱਚ ਸਰਵਿਸ ਕਰਦਾ ਹੈ, ਫਾਇਰ ਬ੍ਰਿਗੇਡ ਦੇ ਵਿੱਚ, ਅਤੇ ਦੂਜਾ ਮੈਨੂੰ ਵੀ ਮੇਰੇ ਪਿਤਾ ਨੇ, ਸਰਦਾਰ ਕਾਕਾ ਸਿੰਘ ਨੇ ਪੜ੍ਹਾ ਲਿਖਾ ਕੇ ਬਿਜ਼ਨਸ ਦੇ ਵਿੱਚ ਪਾਇਆ। ਮੇਰਾ ਆਪਣਾ ਔਰਤ ਦਾ ਕੰਮ ਹੈਗਾ ਹੈ ਸਿੱਧੂ ਟ੍ਰੇਡਰ ਅਨਾਜ ਮੰਡੀ ਮਰਿੰਡਾ ਦੇ ਵਿੱਚ, ਅਤੇ ਮੈਂ ਅਨਾਜ ਆੜ੍ਹਤੀ ਐਸੋਸੀਏਸ਼ਨ ਮਰਿੰਡਾ ਦਾ ਜਨਰਲ ਸਕੱਤਰ ਵੀ ਹਾਂ, ਅਤੇ ਸਾਰੇ ਆੜ੍ਹਤੀਆਂ ਵੀਰਾਂ ਦਾ ਵੀ ਮੈਨੂੰ ਸਹਿਯੋਗ ਹੈ। ਇਹ ਸਾਰੀ ਦੇਣ ਮੇਰੇ ਮਾਤਾ ਪਿਤਾ ਵੀ, ਮਾਤਾ ਜਸਵੰਤ ਕੌਰ ਅਤੇ ਸਰਦਾਰ ਕਾਕਾ ਸਿੰਘ ਦੀ ਹੈ, ਜਿਨ੍ਹਾਂ ਨੇ ਸਾਨੂੰ ਪੜ੍ਹਾ ਲਿਖਾ ਕੇ ਇੰਨੇ ਯੋਗ ਬਣਾਇਆ। ਸਾਡੇ ਪਿਤਾ ਜੀ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ 'ਤੇ ਜਾਣੇ ਜਾਂਦੇ ਸਨ, ਜਿਨ੍ਹਾਂ ਦਾ ਅੰਨੇ ਆ ਮਤਲਬ ਬੰਨੇ ਚੰਨੇ ਦੇ ਵਿੱਚ ਬਹੁਤ ਵਧੀਆ ਰਸੂਖ ਸੀਗਾ, ਅਤੇ ਉਹ ਮਿਲਣਸਾਰ ਸੀਗੇ, ਹਰ ਇੱਕ ਨੂੰ ਮਿਲਣਸਾਰ ਸੀਗੇ, ਹੱਸ ਕੇ ਮਿਲਦੇ ਸੀਗੇ ਹਰ ਇੱਕ ਬੰਦੇ ਨੂੰ। ਹਰ ਇੱਕ ਬੰਦਾ ਅੱਜ 20-50 ਪਿੰਡਾਂ ਦੇ ਵਿੱਚ ਹਰ ਬੰਦਾ ਉਹਨਾਂ ਨੂੰ ਯਾਦ ਕਰਕੇ ਮਤਲਬ ਬਹੁਤ ਸੋਗ ਮਨਾ ਰਿਹਾ ਹੈ, ਅਤੇ ਸਾਨੂੰ ਵੀ ਬੜਾ ਦੁੱਖ ਹੈ ਉਹਨਾਂ ਦੇ ਚਲੇ ਜਾਣ ਦਾ, ਪਰ ਚਲੋ ਪਰਮਾਤਮਾ ਦਾ ਭਾਣਾ ਹੈ, ਇਹਨੂੰ ਕੋਈ ਟਾਲ ਨਹੀਂ ਸਕਦਾ। ਅਤੇ ਸਾਨੂੰ ਬੜੀ ਦੁੱਖ ਨਾਲ ਦੁੱਖ ਹੈ ਇਸ ਗੱਲ ਦਾ ਕਿ ਸਾਡੇ ਪਿਤਾ ਜੀ ਅੱਜ ਸਾਡੇ ਵਿੱਚ ਨਹੀਂ ਰਹੇ, ਅਤੇ ਉਹਨਾਂ ਨੂੰ ਸਾਰੀ ਸਾਡਾ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੇ ਸਾਰੇ ਬਹੁਤ ਸੋਗਮਈ ਬਰਾਗ ਦੇ ਵਿੱਚ ਹਨ, ਅਤੇ ਉਹ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇੱਥੇ ਪਹੁੰਚੇ ਨੇ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਪਿਤਾ ਜੀ ਇੱਕ ਖੇਤੀਬਾੜੀ ਨਾਲ ਸੰਬੰਧਿਤ ਸਨ, ਖੇਤੀਬਾੜੀ ਸਬਜ਼ੀਆਂ ਦਾ ਕੰਮ ਕਰਦੇ ਸਨ, ਅਤੇ ਹੋਰ ਵੀ ਸੇਵਾ ਦੇ ਪਿੰਡ ਦੇ ਵਿੱਚ ਸੇਵਾ ਦਾ ਕੰਮ ਹੋਇਆ, ਕੋਈ ਸਮਾਜ ਸੇਵਾ ਦਾ ਕੰਮ ਹੋਇਆ, ਮੂਹਰੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀਗੇ, ਅਤੇ ਪਿੰਡ ਦੇ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਦਾ ਨਾਂ ਜੋ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣਾ ਹੈ, ਅਤੇ ਉਹਨਾਂ ਨੂੰ ਉਹ ਇੱਕ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਸਾਨੂੰ ਵੀ ਪੜ੍ਹਾ ਲਿਖਾ ਕੇ ਆਪਣੇ ਪੈਰਾਂ 'ਤੇ ਖੜ੍ਹ ਯੋਗ ਕੀਤਾ। ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਕਾਕਾ ਸਿੰਘ ਜੀ ਉਹਨਾਂ ਨੇ ਆਪਣਾ ਸਮੁੱਚਾ ਜੀਵਨ ਸੱਚਾਈ ਦੇ ਰਸਤੇ ਤੇ ਚੱਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਬਿਰਤੀ ਵਾਲੇ ਇਨਸਾਨ ਸਨ, ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਆਂ ਦੀ ਸਹਾਇਤਾ ਕਰਨੀ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਸਰਦਾਰ ਕਾਕਾ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਬੜਮਾਜਰਾ ਮੋਹਾਲੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। Yeah.
ਸਾਧ ਸੰਗਤ ਆਓ ਸਾਹਿਬ ਜੀ ਹਾਜ਼ਰੀ ਹਜ਼ੂਰੀ ਵਿੱਚ ਸ਼ਿਸ਼ੋਭਿਤ ਹੋਵੋ। ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਬਚਨ ਭੋਗ ਦੇ ਸਲੋਕਾਂ ਵਿੱਚ ਹਰ ਰੋਜ਼ ਹਰ ਸਮੇਂ ਤੇ ਆਪ ਸਰਵਣ ਕਰਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਦਾ ਵਚਨ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਇਹ ਮੇਰੇ ਮਿੱਤਰ, ਇਹ ਗੱਲ ਜਾਣ ਲੈ, ਸਮਝ ਲੈ, ਇਹ ਸੰਸਾਰ ਦੀ ਰਚਨਾ ਜਿਹੜੀ ਅਕਾਲ ਪੁਰਖ ਨੇ ਬਣਾਈ ਹੈ ਤੇਰੇ ਲਈ ਕੁਝ ਸਮੇਂ ਮਾਤਰ ਹੈ, ਇਹ ਝੂਠੀ ਹੈ। ਜਗ ਜੀਵਨ ਐਸਾ ਸੁਪਨੇ ਜੈਸਾ। ਮਹਾਰਾਜ ਕਹਿੰਦਾ ਲੱਖ ਚੁਰਾਸੀ ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਮਨੁੱਖ ਤੈਨੂੰ ਵਡਿਆਈ ਦਿੱਤੀ ਹੈ, ਇਹਨਾਂ 84 ਲੱਖ ਜੂਨਾਂ ਤੋਂ ਸਰਦਾਰ ਬਣਾ ਕੇ ਭੇਜਿਆ। ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਜਿਹੜਾ ਇਸ ਪੌੜੀ ਦੇ ਡੰਡੇ ਤੇ ਇੱਕ ਵਾਰ ਚੜ ਕੇ ਗਿਰ ਗਿਆ, ਮੁੜ ਕੇ ਗੁਰੂ ਪਿਆਰੇ ਹੋਏ ਮਨੁੱਖਾ ਜਨਮ ਪ੍ਰਾਪਤ ਨਹੀਂ ਹੋਣਾ। ਆਓ ਮੈਂ ਬੇਨਤੀ ਕਰਾਂਗਾ, ਜੇ ਆਪਾਂ ਘਰ ਛੱਡ ਕੇ ਆਏ ਹਾਂ, ਕੰਮਾਂ ਕਾਰਾਂ ਨੂੰ ਛੱਡ ਕੇ ਆਏ ਹਾਂ, ਕਿਰਾਏ ਪੱਟ ਕੇ ਆਏ ਹਾਂ, ਸਮਾਂ ਆਪਣਾ ਇਸ ਲੇਖੇ ਲਾਉਣ ਵਾਸਤੇ ਆਏ ਵੀ ਸਰਦਾਰ ਕਾਕਾ ਸਿੰਘ ਜੀ ਦੇ ਭੋਗ ਸਮੇਂ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਹਾਂ। ਗੁਰੂ ਪਿਆਰੇ ਹੋ, ਜੇ ਆਪਾਂ ਅਰਦਾਸ ਵਿੱਚ ਆ ਕੇ ਇੰਨੀ ਵੀ ਗੱਲ ਨਾ ਕਹੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ, ਜੇ ਸਾਡੇ ਕਰਮਾਂ ਦੀ ਗੱਲ ਹੋਵੇ ਨਾ, ਕਰਮ ਕਰੇ ਤਾਂ ਬੰਦਾ, ਨਾ ਕਰੇ ਤਾਂ ਨਿੰਦਾ। ਅਸੀਂ ਕਰਮਾਂ ਨਾਲ ਬੰਨੇ ਹੋਏ ਹੈ। ਮਹਾਰਾਜ ਕਹਿੰਦੇ ਜੇ ਤਾਂ ਕਰਮ ਕਰਦਾ ਫਿਰ ਤਾਂ ਤੂੰ ਬੰਨਣਾ ਚ ਪੈਣਾ, ਬੰਨਣਾ ਚ, ਜੇ ਨਹੀਂ ਕਰਦਾ ਲੋਕ ਕਹਿੰਦੇ ਤੇ ਚੰਗਾ ਕੰਮ ਨਹੀਂ ਕਰਦਾ ਕੋਈ। ਦੇਖੋ ਸ੍ਰਿਸ਼ਟੀ ਦੇ ਵਿੱਚ ਇੱਕ ਮਨੁੱਖ ਜਾਤੀ ਹੈ ਜਿਸ ਨੂੰ ਮਹਾਰਾਜ ਨੇ ਸਾਰਿਆਂ ਤੋਂ ਉੱਤਮ ਸ਼੍ਰੇਣੀ ਸ਼੍ਰੋਮਣੀ ਕਿਹਾ, ਪ੍ਰਧਾਨ ਕਿਹਾ। ਫਿਰ ਜੇ ਕੋਈ ਪ੍ਰਧਾਨ ਪ੍ਰਧਾਨਾਂ ਵਾਲੇ ਕੰਮ ਨਾ ਕਰੇ, ਫਿਰ ਜੇ ਕੋਈ ਉੱਤਮ ਜਾਤੀ ਦਾ ਹੋਵੇ, ਇਸ ਧਰਤੀ ਮੈਂ ਤੇਰੀ ਸਿੱਖਦਾਰੀ ਅਵਰ ਜੋਨ ਤੇਰੀ ਪਨਹਾਰੀ, ਸਾਰੀਆਂ ਜੋਨਾਂ ਤੇਰਾ ਪਾਣੀ ਭਰਦੀਆਂ ਨੇ। ਕੀ ਹਾਥੀ ਸ਼ੇਰ, ਤੈ ਆਪਣੀ ਬੁੱਧੀ ਨਾਲ ਸਾਰਿਆਂ ਨੂੰ ਵਸ ਚ ਕਰ ਲਿਆ, ਕੋਈ ਆਪਣੇ ਮਨ ਨੂੰ ਵੀ ਵਸ ਚ ਕਰ ਲਾ। ਪਿਆਰਿਆ ਮਨ ਮੇਰੋ ਗਜ, ਜੇਵਾ ਮੇਰੀ ਕਾਤੀ, ਮਾਪ ਮਾਪ ਕਾਟੋ ਜਮ ਕੀ ਫਾਸੀ। ਜੇ ਤੂੰ ਨਾਮ ਜਪੇਗਾ ਤੇਰੀ ਜਮਾਂ ਦੀ ਫਾਸੀ ਇਉਂ ਕੱਟੀ ਆਈ ਜਿਵੇਂ ਕੈਂਚੀ ਕੱਪੜਾ ਕੱਟਦੀ ਹੈ। ਜਮਾਂ ਦੀ ਫਾਸੀ ਨੂੰ ਕੱਟਣ ਵਾਸਤੇ ਹੀ ਤਾਂ ਆਪਾਂ ਨੇ ਜਿੰਨਾ ਵੀ ਧਰਮ ਕਾਰਜ ਕਰਨਾ ਹੈ, ਜਿੰਨਾ ਵੀ ਨਿਯਮਾਂ ਨਾਮ ਸਿਮਰਨ ਕਰਨਾ ਹੈ, ਜਿੰਨੀ ਵੀ ਬੰਦਗੀ ਕਰਨੀ ਹੈ, ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਇਸ ਮਨੁੱਖਾ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਆਪਾਂ ਨੇ ਕਰਨਾ। ਸਫਲਾ ਤਾਂ ਹੋਣਾ, ਪਵਿੱਤਰ ਗੁਰਬਾਣੀ ਵਿੱਚ ਮਹਾਰਾਜ ਦੇ ਬਚਨ ਦਰਜ ਹੈ। ਸਤਿਗੁਰ ਕਹਿੰਦੇ ਨੇ ਸੋਧਤ ਸੋਧਤ ਸੋਧ ਵਿਚਾਰਾ, ਦੇਖ ਲਿਆ, ਤੱਤ ਕੱਢ ਲਿਆ, ਸਾਰੀਆਂ ਚੀਜ਼ਾਂ ਨੂੰ ਭੋਖ ਭੋਖ ਕੇ ਵਾਚ ਵਾਚ ਕੇ ਦੇਖ ਲਿਆ, ਕੀ ਮਿਲਿਆ? ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਿਆਰਿਓ ਇਹ ਤਾਂ ਕੋਈ ਬੜੀ ਔਖੀ ਗੱਲ ਨਹੀਂ ਨਾ। ਕਈ ਵਾਰੀ ਸਾਨੂੰ ਵੀ ਬੰਦੇ ਕਹਿੰਦੇ ਵੀ ਗੁਰਬਾਣੀ ਬੜੀ ਔਖੀ ਹੈ ਜੀ, ਸਮਝ ਨਹੀਂ ਲੱਗਦੀ, ਦੱਸੋ ਇਹਦੇ ਵਿੱਚ ਕਿਹੜੇ ਵੇਦ ਹੈ।
ਕਿਹੜੀ ਸੰਸਕ੍ਰਿਤ ਦਾ ਮਾਲਕ ਕਹਿੰਦੇ ਬਿਨਾਂ ਭਜਨ ਤੇ ਤੇਰੀ ਜੀਵ ਆਤਮਾ ਦਾ ਛੁਟਕਾਰਾ ਨਹੀਂ ਹੋਣਾ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਨਸਾਨ ਆਉਂਦਾ ਚਲੇ ਜਾਂਦਾ ਹੈ, ਸਮਾਜ ਵਿੱਚ ਕੀ ਕਰਕੇ ਜਾਂਦਾ ਹੈ ਤਾਂ ਉਹਨੂੰ ਯਾਦ ਕਰਦੇ ਆ। ਜੋ ਇਨਸਾਨ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਰ ਕੇ ਜਾਂਦਾ ਹੈ, ਸਮਾਜ ਉਹਨੂੰ ਗੱਲ ਨਾਲ ਲਾਉਂਦਾ ਹੈ, ਔਰ ਸਿੱਖ ਜਦੋਂ ਇੱਥੋਂ ਚਲੇ ਜਾਂਦਾ ਹੈ ਤਾਂ ਲਾਤ ਚੰਗੀ ਦੇ ਕੇ ਜਾਂਦਾ ਹੈ। ਦੋਵੇਂ ਪੁੱਤਰ ਚਾਹੇ ਇੱਕ ਬੇਟੀ, ਸਰਪੰਚ ਸਾਹਿਬ ਮੇਰਾ ਬਹੁਤ ਨਿੱਘਾ ਬੱਚਾ ਹੀ ਸਮਝੋ, ਦੋਸਤ ਬਰਾਬਰ ਦਾ ਗੁਰਮੀਤ ਸਿੰਘ ਜੀ ਅਤੇ ਦੂਜੇ ਅਵਤਾਰ ਸਿੰਘ ਜੀ, ਬੜੇ ਮਲਾਪੜੇ ਇਲਾਕੇ ਦੇ ਵਿੱਚ ਬੜਾ ਨਾਂ। ਕੋਈ ਲੀਡਰ ਆਉਂਦਾ ਹੈ ਤਾਂ ਇਸ ਘਰ ਦੇ ਵਿੱਚ ਪਹਿਲਾਂ ਨਕਮਸਤਕ ਹੋਊ ਤਾਂ ਅੱਗੇ ਜਾਊ, ਇਹ ਵੀ ਮੈਂ ਦਾਅਵੇ ਨਾਲ ਕਹਿ ਸਕਦਾ। ਮੈਨੂੰ ਪਿਛਲੇ 5-7 ਸਾਲ ਤੋਂ ਪ੍ਰਧਾਨ ਬਣਾ ਕੇ ਰੋਪੜ ਭੇਜਤਾ ਸੀ। ਰੋਪੜ ਦੇ ਵਿੱਚ ਹੀ ਗੁਰਮੀਤ ਸਿੰਘ ਕੰਮ ਕਰਦਾ ਹੈ, ਆੜ੍ਹਤ ਦਾ ਕੰਮ ਬਹੁਤ। ਮੈਂ ਨਵੇਂ ਚਿਹਰੇ ਦੇਖ ਰਿਹਾ, ਚਾਹੇ ਕਿਸਾਨ ਯੂਨੀਅਨ ਨਾਲੇ ਬੈਠੇ ਆ ਮਰਿੰਡੇ ਤੋਂ, ਮਰਿੰਡੇ ਦੇ ਵਿੱਚ ਕੰਮ ਹੈ। ਵਾਕਈ ਇਸ ਬੱਚੇ ਨੇ ਬੜਾ ਨਾਂ ਬਣਾਇਆ ਉੱਥੇ। ਇਹ ਹੁੰਦਾ ਹੈ ਇਹ ਸਮਾਜ 'ਚ ਆ ਕੇ ਕਿਵੇਂ ਬੰਦਾ ਵਿਚਰਦਾ ਹੈ, ਕਿਵੇਂ ਸਮਾਜ ਦੇ ਨਾਲ ਆਪਣੀਆਂ ਸਾਂਝਾਂ ਗੂੜੀਆਂ ਕਰਦਾ ਹੈ। ਕੋਈ ਹੁੱਲੜਬਾਜ਼ੀ ਝਗੜਾ ਇਸ ਪਰਿਵਾਰ ਦਾ ਅੱਜ ਤੱਕ ਨਹੀਂ। ਗੱਲ ਛੇੜੀ ਸੀ ਤੇ ਸ਼ੁਮਾਜਰਾ ਸਾਹਿਬ ਨੇ ਸਹੀ ਹੈ ਵੀ ਸਮਾਜ 'ਚ ਇੱਕ ਵੱਖਰਾ ਸਥਾਨੇ ਪਰਿਵਾਰ ਰੱਖਦਾ। ਸਾਡੇ ਵੀਰ ਸਾਹਿਬ ਗੁਰਮੀਤ ਸਿੰਘ ਹੋਣੀ ਭਾਵੇਂ ਰੋਪੜ ਦੇ, ਮਰਿੰਡੇ ਦੇ, ਇੱਧਰ ਬਨੂੜ ਦੇ, ਮੋਹਾਲੀ ਦੇ ਵਿੱਚ ਆਪਣਾ ਸਥਾਨ ਬਣਾਇਆ, ਉਵੇਂ ਦੂਜੇ ਭਰਾ ਸਾਹਿਬ ਅਵਤਾਰ ਸਿੰਘ ਹੋਣਾ ਨੇ ਵੀ ਆਪਣਾ ਸਥਾਨ ਬਣਾਇਆ। ਪਰ ਮੈਂ ਪਿੱਛੇ ਕਹਿ ਸਕਦਾ ਜੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਸ਼ਕਤੀ ਸੀ ਤਾਂ ਸਾਡੇ ਬਜ਼ੁਰਗ ਸਰ ਕਾਕਾ ਸਿੰਘ ਹੋਣਾ ਦੀ, ਕਿਉਂਕਿ ਜਦ ਤੱਕ ਕੋਈ ਲੀਹ ਨਾ ਫੜਾਈ ਜਾਵੇ ਬੱਚਿਆਂ ਨੂੰ, ਓਨੀ ਦੇਰ ਤੱਕ ਕਦੇ ਜ਼ਿੰਦਗੀ ਸਫਲ ਨਹੀਂ ਹੋਇਆ ਕਰਦੀ। ਮੈਂ ਸਮਝਦਾ ਇਹ ਵੀ ਸ਼ਾਬਾਸ਼ੀ ਜੇ ਕਿਸੇ ਪੀੜ੍ਹੀ 'ਚ ਜਾਂਦੀ ਆ ਤਾਂ ਇਸੇ ਪੀੜ੍ਹੀ 'ਚ ਜਾਂਦੀ ਹੈ, ਕਿਉਂਕਿ ਸਰ ਕਾਕਾ ਸਿੰਘ ਹੋਣਾ ਨੇ ਜਿਸ ਸਮੇਂ ਜ਼ਿੰਦਗੀ ਕੱਟੀ ਜਾਂ ਜ਼ਿੰਦਗੀ ਦੀ ਘਾਲਣਾ ਕਾਲੀ ਭਾਲਵੇਂ ਤਾਂ ਇਸ ਨਗਰ ਦੇ, ਇਸ ਇਲਾਕੇ ਦੇ ਸਾਰੇ ਲੋਕਾਂ ਨੇ ਉਸ ਚੰਗੇ ਤੇ ਮਾੜੇ ਦਿਨ ਵੀ ਹੰਢਾਏ ਤੇ ਅੱਜ ਤਰੱਕੀਆਂ ਵਾਲਾ ਸਮਾਂ ਵੀ ਦੇਖਿਆ, ਤਾਂ ਇੱਕ ਸਥਿਰਤਾ ਜਿਹੜੀ ਇਸ ਇਲਾਕੇ ਦੇ ਵਿੱਚ ਬਣਾ ਕੇ ਰੱਖੀ, ਇੱਕ ਮਾਨਵਤੀ ਪਿਆਰ, ਇੱਕ ਸਮਾਜਿਕ ਸ਼ਕਤੀਆਂ ਜੋ ਆਪਣਤਾ ਨੂੰ ਜੋੜਦੀਆਂ ਸੀ ਉਹ ਬਣਾ ਕੇ ਰੱਖੀਆਂ, ਤਾਂ ਮੈਂ ਸਮਝਦਾ ਇਸ ਗੱਲ ਦੀ ਬਹੁਤ ਵੱਡੀ ਜੇ ਕਿਸੇ ਲਈ ਧੰਨਵਾਦ ਦੇ ਸ਼ਬਦ ਕਹੇ ਜਾ ਸਕਦੇ ਨੇ ਤਾਂ ਐਸੇ ਪਰਿਵਾਰਾਂ ਲਈ ਕਹੇ ਜਾ ਸਕਦੇ। ਜਿਸ ਤਰ੍ਹਾਂ ਦਾ ਵਿਚਰਨਾ ਇਸ ਪਰਿਵਾਰ ਦਾ ਸੀ ਉਹ ਚੀਜ਼ ਦਾ ਅੱਜ ਐਡੀ ਵੱਡੀ ਸੰਗਤ ਇਸ ਨਗਰ ਤੋਂ, ਆਂਢੀ ਗੁਆਂਢੀ ਨਗਰਾਂ ਤੋਂ ਇਹਨਾਂ ਦੇ ਰਿਸ਼ਤੇਦਾਰ, ਭੈਣਾਂ, ਬੀਬੀਆਂ, ਮਾਤਾਵਾਂ ਸਾਰੇ ਐਡੀ ਵੱਡੀ ਗਿਣਤੀ ਵਿੱਚ ਆ ਕੇ ਹਾਜ਼ਰੀ ਲਵਾ ਰਹੇ ਆ, ਇਸ ਤੋਂ ਪਤਾ ਲੱਗਦਾ ਹੈ ਵੀ ਕਿਸ ਤਰੀਕੇ ਦਾ ਇਹਨਾਂ ਦਾ ਲੋਕਾਂ ਦੇ ਵਿੱਚ ਮਿਲਣ ਵਰਤਨ ਹੈ, ਕਿਸ ਤਰ੍ਹਾਂ ਦਾ ਇਹਨਾਂ ਦਾ ਵਿਚਰਨ ਹੈ। ਸੋ ਇਹ ਸਾਰਿਆਂ ਵਾਸਤੇ ਇੱਕ, ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਇੱਕ ਸੇਧ ਹੁੰਦੀ ਹੈ ਕਿ ਕਿਸ ਤਰ੍ਹਾਂ ਦਾ ਜੀਵਨ ਆਪਾਂ ਬਤੀਤ ਕਰਨਾ ਹੈ। ਸਰਦਾਰ ਕਾਕਾ ਸਿੰਘ ਹੋਰਾਂ ਨੇ ਛੋਟੀ ਜਿਹੀ ਕਹਾਣੀ ਮੈਨੂੰ ਸੁਣਾਈ ਸੀ ਕਿ ਹਮੇਸ਼ਾ ਮੈਂ ਈਸ਼ਵਰ ਤੋਂ ਇਹੀ ਮੰਗ ਕਰਦਾ ਹੈ ਕਿ ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਇਕੱਠੇ ਚਲੇ ਆ ਰਹੇ ਹਾਂ, ਇਸੇ ਤਰ੍ਹਾਂ ਹੀ ਅੱਗੇ ਸਾਡਾ ਪਰਿਵਾਰ ਵੀ ਚੰਗੇ ਕਰਮ ਕਰਦਾ ਹੋਇਆ, ਧਰਮ ਕਰਮ ਕਰਦਾ ਹੋਇਆ, ਈਸ਼ਵਰ ਦਾ ਜਸ ਕਰਦਾ ਹੋਇਆ ਨਿਭ ਜਾਵੇ ਤਾਂ ਇਦੋਂ ਵੱਡਾ ਮੇਰੇ ਲਈ ਚੰਗਾ ਹੋਰ ਕੋਈ ਕਰਮ ਨਹੀਂ ਹੈ। ਮੇਰੀ ਆਤਮਾ ਨੂੰ ਸ਼ਾਂਤੀ ਇਸ ਦੇ ਨਾਲ ਹਰ ਵਕਤ ਮਿਲਦੀ ਰਹੂਗੀ ਜੇ ਪਿੱਛੇ ਪਰਿਵਾਰ ਅਤੇ ਈਸ਼ਵਰ ਇਸੇ ਤਰ੍ਹਾਂ ਹੀ ਮਿਹਰਬਾਨੀ ਦੀ ਨਜ਼ਰ ਰੱਖਣ। ਸੋ ਉਹਨਾਂ ਨੂੰ ਯਾਦ ਕਰਦੇ ਹੋਏ, ਉਹਨਾਂ ਦੇ ਸੁਭਾਅ ਨੂੰ, ਉਹਨਾਂ ਦੀ ਸੋਚ ਨੂੰ ਉਨਤ ਮਸਤਕ ਹੁੰਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਔਰ ਪਵਿੱਤਰ ਗੋਦ ਦੇ ਵਿੱਚ ਇਹੀ ਅਰਦਾਸ ਬੇਨਤੀ ਦੁਆ ਕਰਦੇ ਹੈ। ਸੰਤ ਬਾਬਾ ਅਰਜਨ ਸਿੰਘ ਜੀ ਮਹਾਰਾਜ, ਮਹਾਰਾਜ ਨੇ ਵੀ ਆਉਣਾ ਸੀ ਅੱਜ ਇੱਥੇ ਹਾਜ਼ਰੀ ਲਵਾਉਣ ਵਾਸਤੇ, ਪਰ ਵਿਦੇਸ਼ ਦੇ ਵਿੱਚ ਕਹਿਰਗਿਰੀ ਗੁਰੂ ਘਰ ਦਾ ਕੋਈ ਜ਼ਰੂਰੀ ਕਾਰਜ ਸੀ, ਉਸ ਕਰਕੇ ਉਹਨਾਂ ਨੂੰ ਦੁੱਖ ਦੇ ਨਹੀਂ ਹੋਏ ਹਜੇ ਬਾਹਰ ਗਿਆ ਨੂੰ। ਉਹਨਾਂ ਦੀ ਵੀ ਹਾਜ਼ਰੀ ਲਵਾਉਂਦੇ ਹੋਏ ਸਤਿਗੁਰਾਂ ਦੇ ਪਾਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਇਹ ਦੁਆ ਬੇਨਤੀ ਕਰਦੇ ਹੈ ਕਿ ਹੇ ਈਸ਼ਵਰ, ਉਸ ਵਿਛੜੀ ਹੋਈ ਰੂਹ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਉਹਨਾਂ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਜੋ ਰਸਤਾ ਉਹ ਬਣਾ ਕੇ, ਜੋ ਲੀਹਾਂ ਉਹ ਪਾ ਕੇ ਉਹਨਾਂ ਦੇ ਉੱਤੇ ਚੱਲਣ ਦਾ, ਧਰਮ ਕਰਮ ਕਰਨ ਦਾ, ਤੁਹਾਡਾ ਆਦਬ ਸਤਿਕਾਰ ਤੁਹਾਡੇ ਦਰਬਾਰ ਦੇ ਵਿੱਚ ਹਰ ਵਕਤ ਇਸ ਪਰਿਵਾਰ ਦਾ ਸਿਰ ਚੁੱਕਦਾ ਰਹੇ,
ਤੁਸੀਂ ਆਪਦੀ ਗੋਦ ਦੇ ਵਿੱਚ ਬਿਠਾ ਕੇ ਇਸ ਦੁਨੀਆਦਾਰੀ ਦੇ ਵਿੱਚ ਵਿਚਣ ਦਾ ਇਸ ਪਰਿਵਾਰ ਨੂੰ ਹੌਸਲਾ ਦਲੇਰੀ ਬਖਸ਼ਿਸ਼ ਕਰਨੀ। ਇੰਨੇ ਸ਼ਬਦ ਕਹਿੰਦਾ ਹੋਇਆ ਗੁਰਸਿੱਖ ਸੰਗਤਾਂ ਤੋਂ, ਗੁਰੂ ਮਹਾਰਾਜ ਤੋਂ ਸ਼ਮਾ ਦਾ ਜਾਚਕ ਹੈ, ਫਤਿਹ ਦਾ ਜਵਾਬ ਫਤਿਹ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਕਾ, ਬੀਬੀਆਂ ਕਾ, ਭੈਣਾਂ ਕਾ, ਦੂਰ ਦਰਾਡੇ ਆਈ ਸੰਗਤ ਕਾ, ਆਪਣੇ ਵੱਲੋਂ ਤੇ ਪਰਿਵਾਰ ਵੱਲੋਂ, ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਅੱਗੇ ਬੇਨਤੀ ਹੈ ਕਿ ਦੇਗਾਂ ਵਰਤਣਗੀਆਂ, ਦੇਗਾਂ ਤੋਂ ਬਾਅਦ ਲੰਗਰ ਛੱਕ ਕੇ ਜਾਣਾ। ਲੰਗਰ ਛੱਕਣ ਤੋਂ ਬਗੈਰ ਕਿਸੇ ਸੱਜਣ ਨੇ ਜਾਣਾ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਣਮਾਜੇ ਵਿਖੇ ਕਾਕਾ ਸਿੰਘ ਜੀ ਦੇ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਸਾਰੇ ਪ੍ਰੇਮੀ, ਉਹਨਾਂ ਦੇ ਰਿਸ਼ਤੇਦਾਰ, ਸਾਕੀ ਸੰਬੰਧੀ। ਕਾਕਾ ਜੀ ਹੁਣੀ ਬੜੇ ਮਿਹਨਤੀ ਪਰਿਵਾਰ, ਇਹਨਾਂ ਦੇ ਦੋਨੋਂ ਸਾਹਿਬਜ਼ਾਦੇ ਅਵਤਾਰ ਸਿੰਘ ਅਤੇ ਉਹਦੇ ਬ੍ਰਦਰ ਜਿਹੜੇ ਛੋਟੇ ਗੁਰਮੀਤ ਸਿੰਘ ਜੀ, ਇਹ ਸਰਪੰਚ ਜਿਹੜੇ ਆ ਇੱਥੇ ਬਣਮਾਜਰੇ ਸਰਪੰਚ ਨੇ, ਅਤੇ ਬਹੁਤ ਹੀ ਵਧੀਆ ਇਹਨਾਂ ਦਾ ਮਿਹਨਤੀ ਪਰਿਵਾਰ ਹੈ। ਸਾਰੇ ਪਰਿਵਾਰ ਨੇ ਮਿਲ ਜੁਲ ਕੇ ਬਹੁਤ ਜ਼ਿਆਦਾ ਤਰੱਕੀ ਕੀਤੀ। ਬਜ਼ੁਰਗਾਂ ਨੇ ਸਾਰੀ ਉਮਰ ਸੱਚੀ ਸੁੱਚੀ ਕਿਰਤ ਕੀਤੀ ਔਰ ਕਿਸੇ ਨਾਲ ਵੈਰ ਵਿਰੋਧ ਨਹੀਂ। ਅੱਜ ਇਹੀ ਨਤੀਜਾ ਹੈ ਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ ਬਹੁਤ ਸੁਲਝਿਆ ਹੋਇਆ, ਪੜ੍ਹਿਆ ਲਿਖਿਆ, ਅਤੇ ਇਹਨਾਂ ਦੇ ਅੱਗੇ ਜਿਹੜੇ ਪੋਤਰੀ ਵੀ ਨੇ, ਪੋਤਰੀਆਂ ਵੀ, ਸਾਰੇ ਪਰਿਵਾਰਕ ਜਿਹੜਾ ਉਹ ਬਹੁਤ ਵਧੀਆ ਤਰੱਕੀਆਂ ਅੱਜ ਕਰ ਰਿਹਾ। ਅਤੇ ਅੱਜ ਸਰਦਾਰ ਕਾਕਾ ਸਿੰਘ ਜੀ ਜਿਹੜੀ ਫੁਲਵਾੜੀ ਹੈ ਬਣਮਾਜਰੇ ਦੇ ਵਿੱਚ, ਇਹਨਾਂ ਨੇ ਬਹੁਤ ਵੱਡਾ ਆਪਣਾ ਜਿਹੜਾ ਨਾਂ ਵਧੀਆ ਮਿਹਨਤ ਕਰਕੇ ਬਣਾਇਆ। ਅਤੇ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਇਹੋ ਜਿਹੀ ਨੇਕ ਰੂਹ ਨੂੰ, ਕਿਰਤੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।